ਪੰਜਾਬ ਨੂੰ ਕੰਪਨੀ ਦੇ ਰਾਜ ਵਿੱਚ ਮਿਲਾ ਲੈਣਾ ਅੰਗਰੇਜ਼ਾਂ ਦੀ ਸ਼ਕਤੀ ਤੋਂ ਬਾਹਰ ਸੀ। ਹਾਂ, ਉਹਨਾਂ ਨੇ ਆਪਣੀ ਮੁਰਾਦ ਪੂਰੀ ਕਰਨ ਲਈ ਪੈਰ ਧਰਨ ਜੋਗਾ ਥਾਂ ਬਣਾ ਲਿਆ ਸੀ। ਪੰਜਾਬ ਉੱਤੇ ਪੂਰੀ ਤਰ੍ਹਾਂ ਦਾ ਕਬਜ਼ਾ ਕਰਨ ਦਾ ਫੁਰਨਾ ਅੰਗਰੇਜ਼ਾਂ ਦੇ ਦਿਮਾਗ ਵਿੱਚੋਂ ਕਦੇ ਨਹੀਂ ਜਾ ਰਿਹਾ ਸੀ। ਇਸ 'ਤੇ ਮੈਕਗ੍ਰੇਰ ਲਿਖਦਾ ਹੈ ਕਿ ਥੋੜ੍ਹਾ ਸਮਾਂ ਪਾ ਕੇ ਅਸੀਂ ਪੰਜਾਬ ਨੂੰ ਜ਼ਰੂਰ ਆਪਣੇ ਰਾਜ ਵਿੱਚ ਮਿਲਾ ਲਵਾਂਗੇ। ਉਹ ਲਿਖਦਾ ਹੈ ਕਿ ਭਾਵੇਂ ਕਿੰਨਾ ਵੀ ਖਰਚ ਹੋ ਜਾਵੇ, ਇਹ ਇਲਾਕੇ ਅੰਗਰੇਜ਼ੀ ਰਾਜ ਵਿੱਚ ਮਿਲਾਏ ਬਿਨਾਂ ਅਸੀਂ ਨਹੀਂ ਰਹਾਂਗੇ, ਕਿਉਂਕਿ ਇਹ ਪੰਜਾਬ ਦੇ ਇਲਾਕੇ ਬਹੁਤ ਉਪਜਾਊ ਅਤੇ ਮੁਨਾਫੇ ਵਾਲੇ ਹਨ। ਲਾਰਡ ਹਾਰਡਿੰਗ ਦੀ ਇਹ ਪ੍ਰਬਲ ਇੱਛਾ ਸੀ ਕਿ ਉਹ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਿਆ ਵੇਖੇ, ਪਰ ਗਵਰਨਰ ਜਨਰਲ ਹੁੰਦਿਆਂ ਉਸ ਦੀ ਇਹ ਆਸ ਪੂਰੀ ਨਾ ਹੋਈ। ਇਸ ਦਾ ਸਬੂਤ ਉਸ ਦੇ ਆਪਣੇ ਸ਼ਬਦਾਂ ਵਿੱਚ ਮਿਲਦਾ ਹੈ। ਉਹ ਕਹਿੰਦਾ ਹੈ ਕਿ ਜਾਤੀ ਤੌਰ 'ਤੇ ਮੈਨੂੰ ਇਹ ਅਫਸੋਸ ਹੀ ਰਹੇਗਾ ਕਿ ਅੰਗਰੇਜ਼ੀ ਝੰਡਾ ਸਿੰਧ ਦੇ ਕੰਢਿਆਂ 'ਤੇ ਗੱਡਣਾ ਮੇਰੀ ਕਿਸਮਤ ਨਹੀਂ ਸੀ। ਉਹ ਲਿਖਦਾ ਹੈ ਕਿ 1846 ਈਸਵੀ ਵਿੱਚ ਉਸਨੇ ਪੰਜਾਬ ਨੂੰ ਕਾਬੂ ਕਰਨ ਲਈ ਜੋ ਕੀਤਾ ਉਹ ਤਾਂ ਕੀਤਾ, ਅੱਗੋਂ ਵਾਸਤੇ ਉਹ ਪੰਜਾਬ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਲਈ ਤਤਪਰ ਰਹੇਗਾ। ਹੁਣ ਦੂਜੇ ਪਾਸੇ ਸਿੱਖਾਂ ਦੇ ਕੁਝ ਸਰਦਾਰ ਤਾਂ ਬਿਲਕੁਲ ਅੰਗਰੇਜ਼ਾਂ ਦੇ ਪਿੱਠੂ ਸਨ, ਜਿਵੇਂ ਤੇਜ ਸਿੰਘ, ਲਾਲ ਸਿੰਘ ਅਤੇ ਗੁਲਾਬ ਸਿੰਘ ਡੋਗਰਾ, ਜਿਹੜੇ ਕੁਛ ਦੇਸ਼ ਨਾਲ ਪਿਆਰ ਰੱਖਦੇ ਸਨ ਅਤੇ ਅੰਗਰੇਜ਼ਾਂ ਦੀਆਂ ਚਾਲਾਂ ਨੂੰ ਬਾਖੂਬੀ ਸਮਝਦੇ ਸਨ। ਉਹਨਾਂ ਵਿੱਚ ਦੀਵਾਨ ਦੀਨਾਨਾਥ ਅਤੇ ਮਹਾਰਾਣੀ ਜਿੰਦ ਕੌਰ ਮੋਹਰੇ ਸਨ ਅਤੇ ਇਹ ਦੋਵੇਂ ਅੰਗਰੇਜ਼ਾਂ ਦੇ ਦਿਲਾਂ ਵਿੱਚ ਕੰਢੇ ਵਾਂਗ ਰੜਕਦੇ ਸਨ। 1846 ਈਸਵੀ ਦਾ ਸਾਲ ਮੁੱਕਣ 'ਤੇ ਆ ਗਿਆ ਅਤੇ ਪਹਿਲੀ ਸੁਲਾਹ ਅਨੁਸਾਰ ਲਾਹੌਰ ਵਿਚਲੀ ਅੰਗਰੇਜ਼ੀ ਫੌਜ ਨੇ ਲਾਹੌਰ ਵਿੱਚੋਂ ਚਲੇ ਜਾਣਾ ਸੀ। ਹੁਣ ਲਾਰਡ ਹਾਰਡਿੰਗ ਕਿਸੇ ਨਵੀਂ ਸੁਲਾਹ ਰਾਹੀਂ ਪੰਜਾਬ ਉੱਤੇ ਅੱਗੇ ਨਾਲੋਂ ਵੀ ਜ਼ਿਆਦਾ ਫੌਜੀ ਕਬਜ਼ਾ ਰੱਖਣਾ ਚਾਹੁੰਦਾ ਸੀ, ਪਰ ਨਾਲ ਉਹ ਇਹ ਵੀ ਚਾਹੁੰਦਾ ਸੀ ਕਿ ਨਵੀਂ ਸੁਲਾਹ ਵਾਸਤੇ ਅਪੀਲ ਵੀ ਸਿੱਖ ਸਰਦਾਰਾਂ ਕੋਲੋਂ ਕਰਾਈ ਜਾਵੇ। ਉਸਦਾ ਆਪਣਾ ਸਕੱਤਰ ਫਰੈਡਰਿਕ ਕਰੀ ਲਾਹੌਰ ਰਹਿੰਦਾ ਸੀ। ਉਸ ਨੂੰ ਗੁਪਤ ਚਿੱਠੀਆਂ ਵਿੱਚ ਲਾਰਡ ਹਾਰਡਿੰਗ ਆਪਣੇ ਦਿਲ ਦੀ ਸਾਰੀ ਗੱਲ ਲਿਖਦਾ ਰਹਿੰਦਾ ਸੀ। ਇੱਧਰ ਕਰੀ ਅਤੇ ਹੈਨਰੀ ਲਾਰੈਂਸ ਸਿੱਖ ਸਰਦਾਰਾਂ ਨੂੰ ਇਸ ਨਵੇਂ ਜਾਲ ਵਿੱਚ ਫਸਾਉਣਾ ਚਾਹ ਰਹੇ ਸਨ। ਹੁਣ ਮਹਾਰਾਣੀ ਜਿੰਦ ਕੌਰ ਅਤੇ ਦੀਵਾਨ ਦੀਨਾਨਾਥ ਵੀ ਚੁੱਪ ਕਰਕੇ ਨਹੀਂ ਬੈਠੇ ਸਨ। ਉਹ ਪੰਜਾਬ ਦੇ ਨਵੇਂ ਪ੍ਰਬੰਧ ਵਾਸਤੇ ਪੰਜਾਬ ਦੇ ਛੋਟੇ ਮੋਟੇ ਸਰਦਾਰਾਂ ਨੂੰ ਇਕੱਠਾ ਕਰ ਰਹੇ ਸਨ ਤਾਂ ਕਿ ਨਵੇਂ ਪ੍ਰਬੰਧ ਵਿੱਚੋਂ ਅੰਗਰੇਜ਼ਾਂ ਦਾ ਹੱਥ ਬਿਲਕੁਲ ਕੱਢ ਦਿੱਤਾ ਜਾਵੇ। ਹੁਣ ਇਸ ਧੜੇ ਨੇ ਨਵੀਂ ਸੁਲਾਹ ਦੀਆਂ ਸ਼ਰਤਾਂ ਮੰਨਣ ਲਈ ਨਾਂਹ ਕਰ ਦਿੱਤੀ। ਕਰੀ ਇਹ ਸਾਰੀਆਂ ਗੱਲਾਂ ਲਾਰਡ ਹਾਰਡਿੰਗ ਨੂੰ ਲਿਖਦਾ ਰਹਿੰਦਾ। ਡਾਕਟਰ ਗੰਡਾ ਸਿੰਘ ਆਪਣੀ ਪੁਸਤਕ ਸਿੱਖ ਇਤਿਹਾਸ ਬਾਰੇ ਵਿੱਚ ਹਾਰਡਿੰਗ ਦੀਆਂ ਕੁਝ ਚਿੱਠੀਆਂ ਬਾਰੇ ਵੇਰਵਾ ਦਿੰਦੇ ਹਨ। ਹਾਰਡਿੰਗ ਭਰੋਵਾਲ ਤੋਂ ਕਰੀ ਨੂੰ 10 ਦਸੰਬਰ 1846 ਈਸਵੀ ਨੂੰ ਲਿਖਦਾ ਹੈ ਕਿ ਮੈਨੂੰ ਇਸ ਗੱਲ ਬਾਬਤ ਕੋਈ ਵੀ ਸ਼ੱਕ ਨਹੀਂ, ਤੂੰ ਹੀ ਇੱਕ ਸਭ ਤੋਂ ਜ਼ਿਆਦਾ ਲਾਇਕ ਹੈ ਕਿ ਪੰਜਾਬ ਦੀਆਂ ਮੌਜੂਦਾ ਮੁਸ਼ਕਲਾਂ ਵਿੱਚ ਉੱਥੋਂ ਦੇ ਅੰਗਰੇਜ਼ੀ ਪ੍ਰਬੰਧ ਨੂੰ ਕਾਮਯਾਬ ਬਣਾ ਸਕੇ ਅਤੇ ਇਸ ਹਾਲਾਤ 'ਤੇ ਮੈਂ ਤੈਨੂੰ ਲੈਫਟੀਨੈਂਟ ਜਨਰਲ ਦੇ ਬਰਾਬਰ ਦੇ ਅਹੁਦੇ 'ਤੇ ਰੱਖਣਾ ਚਾਹੁੰਦਾ ਹਾਂ। ਦਰਬਾਰ ਦੇ ਸਰਦਾਰਾਂ ਦੀ ਨਾਂ ਬਿਲਕੁਲ ਕੁਦਰਤੀ ਹੈ, ਪਰ ਇਹ ਬੜਾ ਜ਼ਰੂਰੀ ਹੈ ਕਿ ਇਹ ਤਜਵੀਜ਼ ਉਹਨਾਂ ਵੱਲੋਂ ਪਹਿਲਾਂ ਹੋਵੇ ਕਿ ਕਿਸੇ ਨਵੀਂ ਸੁਲਾਹ 'ਤੇ ਗੱਲਬਾਤ ਕੀਤੀ ਜਾਵੇ ਅਤੇ ਉਹਨਾਂ ਵੱਲੋਂ ਕਿਸੇ ਵੀ ਲਿਖਤ ਵਿੱਚ ਗੱਲ ਸਾਫ਼ ਅੱਖਰਾਂ ਵਿੱਚ ਲਿਖੀ ਹੋਈ ਆਉਣੀ ਚਾਹੀਦੀ ਹੈ ਅਤੇ ਇਸ ਬੜੀ ਭਾਰੀ ਜ਼ਿੰਮੇਵਾਰੀ ਨੂੰ ਚੁੱਕਣ ਲਈ ਸਾਡੇ ਵੱਲੋਂ ਝਿਜਕ ਸਾਫ਼ ਦੱਸੀ ਜਾਣੀ ਚਾਹੀਦੀ ਹੈ। ਹੈਨਰੀ ਲਾਰੈਂਸ ਅਤੇ ਕਰੀ ਨੇ ਆਪਣੇ ਸਹਿਮਤ ਸਰਦਾਰਾਂ ਨੂੰ ਹੋਣ ਵਾਲੀ ਸੁਲਾਹ ਦੇ ਵਾਸਤੇ ਰਾਜ਼ੀ ਕਰ ਲਿਆ। ਨਵੇਂ ਪ੍ਰਬੰਧ ਵਿੱਚ ਉਹਨਾਂ ਦੀਆਂ ਜਗੀਰਾਂ ਕਾਇਮ ਰਹਿਣ ਦਾ ਭਰੋਸਾ ਦਵਾਇਆ ਗਿਆ। ਅੰਗਰੇਜ਼ਾਂ ਦੀ ਚਾਲ ਨੇ ਸਿੱਖ ਸਰਦਾਰਾਂ ਦੇ ਲਾਹੌਰ ਦੇ ਸਰਦਾਰਾਂ ਦੇ ਦੋ ਧੜੇ ਕਰ ਦਿੱਤੇ। ਹੁਣ ਤੇਜ ਸਿੰਘ ਦਾ ਧੜਾ ਇਹ ਚਾਹੁੰਦਾ ਸੀ ਕਿ ਹਰ ਤਰ੍ਹਾਂ ਦੀਆਂ ਸ਼ਰਤਾਂ ਮੰਨ ਕੇ ਅੰਗਰੇਜ਼ੀ ਸਰਕਾਰ ਨੂੰ ਲਾਹੌਰ ਵਿੱਚ ਟਿਕਾਈ ਰੱਖਿਆ ਜਾਵੇ। ਉੱਧਰ ਦੀਨਾਨਾਥ ਅਤੇ ਮਹਾਰਾਣੀ ਦਾ ਧੜਾ ਅੰਗਰੇਜ਼ਾਂ ਤੋਂ ਹਰ ਪੱਖੋਂ ਆਜ਼ਾਦ ਹੋਣਾ ਚਾਹੁੰਦਾ ਸੀ। ਇਹਨਾਂ ਦੋਵਾਂ ਧੜਿਆਂ ਵਿੱਚ ਖਿੱਚੋ ਤਾਣ ਵੱਧਦੀ ਵੇਖ ਕੇ ਕੁਝ ਪਤਵੰਤਿਆਂ ਨੇ ਵਿੱਚ ਪੈ ਕੇ ਸਮਝੌਤਾ ਕਰਾਇਆ ਕਿ ਦੋ ਪਲਟਨਾਂ ਦੇ ਏਜੰਟ ਨੂੰ ਕੁਛ ਮਹੀਨੇ ਹੋਰ ਲਾਹੌਰ ਰੱਖ ਲਿਆ ਜਾਵੇ। ਸੋ ਮਹਾਰਾਜਾ ਦਲੀਪ ਸਿੰਘ ਵੱਲੋਂ ਸਰਕਾਰ ਹਿੰਦ ਦੇ ਸਕੱਤਰ ਫਰੈਡਰਿਕ ਕਰੀ ਦੇ ਨਾਮ 14 ਦਸੰਬਰ 1846 ਈਸਵੀ ਨੂੰ ਇੱਕ ਚਿੱਠੀ ਲਿਖੀ ਗਈ।
चिट्ठी लिखा जाता है कि क्योंकि गवर्नर जनरल इस राज नूं कायम रखण दा चाहवान है, इसलिए यह गल चंगी नहीं कि इत्थे ठहरी हुई फौज नूं होर कुछ दिन इत्थे रख के ज़्यादा तकलीफ दित्ती जावे, पर मुल्क दे प्रबंध की जरूरत का ख्याल करके ते ए वेख के फौज नूं हटाउण दा वेला नेड़े आ गया है, यह आस की जाती है कि एजेंट ते दो पलटना, एक रसाला ते एक बातरी कुछ महीनों लई इत्थे ठहरे रहन दिते जान, जिस समय विच बाकी रहिंदे राज प्रबंध नूं लोड़िंदी हद तक मुकम्मल कर लिया जाएगा। अगले दिन करी दे तंबू विच सारे सरदार कट्ठे हुंदे हन, जिन्हां विचों बहुतियां नाल पहलां ही सारे समझौते कर लै जांदे हन, जिन्हां नूं जगीर ते कायम रहिण दा भरोसा पूरी तरह दिता जा चुका सी। महाराणी जिंद कौर नूं जान बुझ के इस दरबार विच शामिल नहीं किया गया, क्योंकि डर सी कि वह यह शर्तां नहीं मन्नेगी। करी ने अहदनामे दीआं शर्तां पढ़ के सुनाईआं, तेज सिंह दे धड़े ने सब अशा दा रौला पा दिता। हाँ, दीवान दीनानाथ ने यह इच्छा प्रगट की कि थोड़ी देर लई दरबार मुलतवी कर दिता जाए ताकि दरबारी महाराणी की सलाह लै सकन। अगों करी ने कहा कि गवर्नर जनरल महाराणी की सलाह नहीं पूछ रहा, सरकार अंग्रेजी के सकत्र वालों इस सख्त ते रुखे इशारे तो दरबारी ते सरदार अंग्रेजी सरकार के मन की अंदरली नीयत नूं जान गए सन। विरोधी आवाज़ जेकर कोई उठनी भी सी तां ओह दब गई। इस घटना तो थोड़ा समा पहला ही लाल सिंह नूं वजारत तो हटा के देश निकाला दिता गया सी। इस गल तो भी कुछ सरदार डर गए जापदे सन, सो दीनानाथ नाल होए इस वरताव तो पिछों कोई ना बोलिया। इस हालत थले भरोवाल की सुला पक्की हुई, जो महाराणी जिंद कौर की मर्जी तो बिल्कुल उल्ट सी। इस तो पिछों पंजाब विच जिन्ने बथेड़े खड़े होए सब का मुढ़ला कारण यह सुला सी। जेकर यह अहदनामा पंजाब दे सिर बदोबदी ना मड़िया जाता तां पिछों होने वाली गड़बड़ बिल्कुल ना आती। हुण तेज सिंह नूं अंग्रेजां ने इस तरह राजा बना दिता। 7 अगस्त 1847 नूं लारेंस ने एक वड्डा दरबार किया, जिस विच राज सेवा बदले कुछ सरदारां नूं सन्मानित किया जाना सी, जिस विच पंजाब दा गदार तेज सिंह सब तो मूहरे सी, जिस नूं राजे दा खिताब मिलना सी। इस दिन महाराजा दलीप सिंह दरबार विच लेट पहुँचता है। सिख दरबार विच यह मर्यादा चली आउंदी सी कि जिस सरदार नूं राजे दा खिताब दिता जांदा उस नूं महाराजा अपने हत्थां नाल तिलक लाउंदा सी। लारेंस ने तेज सिंह दे मत्थे ते महाराजा दलीप सिंह नूं तिलक लाउण लई कहा, पर महाराजा दलीप सिंह ने अपने निक्के निक्के हथ पिछे खिच लए अते तिलक लाउण तों इनकार कर दिता। फिर एक ग्रंथी सिंह कोलों तेज सिंह नूं तिलक लगा के रसम पूरी की गई। उस शाम ही इस खुशी विच आतिशबाजी भी चलाई गई, पर महाराजा वेखण वास्ते ना आया। यह सारी सिकावट महाराणी जिंद कौर की समझी गई। हार्डिंग ते लारेंस शुरू तो ही महाराणी जिंद कौर के विरुद्ध सन। वह किसी ऐसे समय की भाल विच सन जदों महाराणी नूं सज़ा दे सकन। 16 दसंबर 1846 ईस्वी नूं हार्डिंग वालों करी नूं एक चिट्ठी लिखी जाती है, जिस विच लिखा जाता है कि जेकर कोई गल बहस वाली है तो वह यह है कि महाराणी जिंद कौर नूं बिले लगाउणा। वो कहता है कि असी इस गल ते बिल्कुल सहमत हाँ, तो यह गल बिल्कुल योग है कि राणी दे हाथ विच कार मुख्तियार दी हैसियत विच कोई ताकत ना रहे। उसकी रिहाइश ते थां दा फैसला करन वेले नवे राज प्रबंध दे विरुद्ध राणी वल्लों होण वालियां राजसी साजिशां दे आधार ते उस नूं उस दे पुत्तर तों वख कर देण दे विरुद्ध इतराज हो सकदा है, क्योंकि आख्या जा सकता है ते लोकां दी इस नाल हमदर्दी भी हो जाएगी कि राणी नूं उस वल्लों होए किसे राजसी गुणा तों पहलां ही सज़ा दे दित्ती गई है।
ਹੁਣ ਜਿੱਥੇ ਪਹਿਲਾਂ ਹੀ ਇਹ ਸਲਾਹਾਂ ਹੋ ਰਹੀਆਂ ਹੋਣ ਉੱਥੇ ਨਿਆਂ ਦੀ ਆਸ ਰੱਖਣਾ ਬੇਸਮਝੀ ਹੈ। ਤੇਜ ਸਿੰਘ ਤੇ ਤਿਲਕ ਵੇਲੇ ਮਹਾਰਾਜੇ ਦੀ ਨਾਂ ਮਹਾਰਾਣੀ ਦੇ ਵਿਰੁੱਧ ਮਾਰੂ ਹਥਿਆਰ ਬਣਾ ਕੇ ਵਰਤੀ ਗਈ। ਲਾਰੰਸ ਨੇ ਮਹਾਰਾਣੀ ਨੂੰ ਮਹਾਂਵਾਰ 1.5 ਲੱਖ ਦੀ ਥਾਂ 48,000 ਸਲਾਨਾ ਦੇ ਕੇ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਭੇਜਣ ਦਾ ਹੁਕਮ ਦੇ ਦਿੱਤਾ। ਇਹ ਦੁਖਦਾਈ ਹੁਕਮ ਸੁਣਾਉਣ ਲਈ ਮਹਾਰਾਣੀ ਦਾ ਭਰਾ ਹੀਰਾ ਸਿੰਘ ਉਸ ਕੋਲ ਗਿਆ। ਸੁਣ ਕੇ ਮਹਾਰਾਣੀ ਨੇ ਬੜੇ ਧੀਰਜ ਅਤੇ ਗੰਭੀਰਤਾ ਨਾਲ ਅੱਗੋਂ ਉੱਤਰ ਦਿੱਤਾ, ਜਿਸ ਵਿੱਚ ਅੰਗਰੇਜ਼ਾਂ ਨੂੰ ਭਲਿਆਈ ਸੁੱਝੇ। ਮਹਾਰਾਣੀ ਕਹਿੰਦੀ, ਮੈਂ ਉਹੀ ਕਰਨ ਨੂੰ ਤਿਆਰ ਹਾਂ। 18 ਅਗਸਤ ਸੰਨ 1847 ਨੂੰ ਇੱਕ ਸ਼ਾਮ ਨੂੰ ਦਰਬਾਰ ਹੋਇਆ, ਜਿਸ ਵਿੱਚ ਲਾਰੰਸ ਨੇ ਮਹਾਰਾਜਾ ਦਲੀਪ ਸਿੰਘ ਨੂੰ ਘੋੜੇ 'ਤੇ ਸੈਰ ਲਈ ਜਾਣ ਲਈ ਕਿਹਾ। ਮਹਾਰਾਜਾ ਹੈਰਾਨ ਤਾਂ ਹੋਇਆ, ਪਰ ਬਿਨਾਂ ਕੁਛ ਕਹੇ ਗੁਲਾਬ ਸਿੰਘ ਅਟਾਰੀ ਵਾਲਾ ਅਤੇ ਹੋਰ ਸਰਦਾਰਾਂ ਨਾਲ ਤੁਰ ਪਏ। ਸ਼ਾਲਾਮਾਰ ਬਾਗ ਕੋਲ ਪਹੁੰਚੇ ਤਾਂ ਹਨੇਰਾ ਹੋਣ ਕਰਕੇ ਮਹਾਰਾਜਾ ਨੇ ਆਪਣਾ ਘੋੜਾ ਸ਼ਹਿਰ ਵੱਲ ਮੋੜਿਆ ਤਾਂ ਗੁਲਾਬ ਸਿੰਘ ਨੇ ਕਿਹਾ ਕਿ ਆਪ ਸ਼ਹਿਰ ਵੱਲ ਮੁੜ ਕੇ ਸਾਡਾ ਨੱਕ ਵਢਾਓਗੇ। ਇਹ ਸੁਣ ਕੇ ਮਹਾਰਾਜੇ ਨੇ ਦਿਲ ਵਿੱਚ ਬੜਾ ਦੁੱਖ ਅਨੁਭਵ ਕੀਤਾ ਅਤੇ ਗੁਲਾਬ ਸਿੰਘ ਦੇ ਨਾਲ ਤੁਰ ਪਏ। ਜਦੋਂ ਬਾਗ ਵਿੱਚ ਪੁੱਜੇ ਤਾਂ ਉੱਥੇ ਆਪਣੇ ਨੌਕਰ ਚਾਂਕਰ ਵੇਖ ਕੇ ਅਤੇ ਖਾਣ ਪੀਣ ਦਾ ਸਾਰਾ ਸਮਾਨ ਵੇਖ ਕੇ ਅਤੇ ਰਾਤ ਕੱਟਣ ਦਾ ਸਾਰਾ ਸਮਾਨ ਵੇਖ ਕੇ ਮਹਾਰਾਜਾ ਅਸਚਰਜ ਰਹਿ ਗਏ। ਉਸਨੇ ਮੂੰਹੋਂ ਤਾਂ ਕੁਛ ਨਾ ਕਿਹਾ, ਪਰ ਰਾਤ ਨੂੰ ਬਿਨਾਂ ਖਾਧੇ ਹੀ ਉਹਨਾਂ ਨੇ ਰਾਤ ਕੱਟੀ। ਦਿਨ ਚੜ੍ਹੇ ਦਰਬਾਰ ਵਿੱਚ ਵਾਪਸ ਮੁੜੇ ਤਾਂ ਮਹਾਰਾਜਾ ਦਲੀਪ ਸਿੰਘ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਦੀ ਮਾਤਾ ਨੂੰ ਸ਼ੇਖੂਪੁਰੇ ਵਿੱਚ ਨਜ਼ਰਬੰਦ ਕਰਕੇ ਭੇਜ ਦਿੱਤਾ ਗਿਆ ਹੈ। ਉਸਨੇ ਪਹਿਲੇ ਨਿਵਾਸ ਅਸਥਾਨ 'ਤੇ ਰਹਿਣ ਤੋਂ ਨਾਂਹ ਕਰ ਦਿੱਤੀ ਅਤੇ ਤਖ਼ਤਗਾਹ 'ਤੇ ਉੱਪਰਲੇ ਕਮਰਿਆਂ ਵਿੱਚ ਰਹਿਣ ਲੱਗਾ। ਗੁਲਾਬ ਸਿੰਘ ਅਟਾਰੀ ਵਾਲਾ ਹਰ ਵੇਲੇ, ਖਾਸ ਕਰਕੇ ਸੌਣ ਵੇਲੇ, ਮਹਾਰਾਜੇ ਦੇ ਕੋਲ ਰਹਿੰਦਾ ਸੀ। 19 ਅਗਸਤ 1847 ਈਸਵੀ ਨੂੰ ਮਹਾਰਾਣੀ ਜਿੰਦ ਕੌਰ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਪਹੁੰਚਾਈ ਗਈ। ਲਾਹੌਰੋਂ ਤੁਰਨ ਵੇਲੇ ਉਸਨੇ ਰੈਜੀਡੈਂਟ ਨੂੰ ਮਿਲਣ ਦੀ ਬੇਨਤੀ ਕੀਤੀ, ਪਰ ਲਾਰੰਸ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ, ਜੇਕਰ ਉਹ ਚਾਹੇ ਤਾਂ ਆਪਣੇ ਗਹਿਣੇ ਨਾਲ ਲੈ ਜਾ ਸਕਦੀ ਹੈ। ਸੋ ਮਹਾਰਾਣੀ ਜਿੰਦ ਕੌਰ ਆਪਣੇ ਗਹਿਣੇ ਨਾਲ ਲੈ ਗਈ। ਸ਼ੇਖੂਪੁਰ ਵਿੱਚ ਉਸਦੀ ਰਾਖੀ ਦਾ ਭਾਰ ਸਰਦਾਰ ਬੂੜ ਸਿੰਘ ਨੂੰ ਸੌਂਪਿਆ ਗਿਆ। ਅਗਲੇ ਦਿਨ ਹੀ ਗਵਰਨਰ ਜਨਰਲ ਦਾ ਇੱਕ ਐਲਾਨ ਨਿਕਲਿਆ, ਲਾਹੌਰ ਦਰਬਾਰ ਅਤੇ ਸਰਕਾਰ ਅੰਗਰੇਜ਼ੀ ਵਿੱਚ ਮਿੱਤਰਤਾ ਹੈ, ਬਾਲਕ ਮਹਾਰਾਜੇ ਦੀ ਸਿੱਖਿਆ ਲਈ ਸਦਾ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਲਈ ਗਵਰਨਰ ਜਨਰਲ ਨੂੰ ਇਹ ਲੋੜ ਭਾਸੀ ਹੈ ਕਿ ਮਹਾਰਾਜੇ ਨੂੰ ਉਸਦੀ ਮਾਤਾ ਤੋਂ ਵੱਖ ਰੱਖਿਆ ਜਾਵੇ। ਇਸ ਕਾਰਨ ਕਰਕੇ ਮਹਾਰਾਣੀ ਲਾਹੌਰੋਂ ਸ਼ੇਖੂਪੁਰੇ ਭੇਜ ਦਿੱਤੀ ਗਈ ਹੈ।